ਪੂਰੀ ਸ਼ੋਪਿੰਗ ਚੱਲ ਰਹੀ ਹੈ ਜਦੋਂ ਜਾਇਦ ਅੱਜ ਅੱਜ ਸਬਜ਼ੀਆਂ ਬੁੜੀਆਂ ਵਾਂਗੂ ਸਬਜ਼ੀਆਂ ਲਈ ਜਾ ਰਹੇ ਬੁੜੀਆਂ ਵਾਂਗੂ ਕਿੰਨੂਆਂ ਦੀ ਪੇਟੀ ਹੋ ਗਈ ਅੱਜ ਬਾਰਗਨਿੰਗ ਤੂੰ ਕਰੇਗਾ ਮੇਰੇ ਹੱਥ 'ਚ ਹੈਗਾ ਮੋਬਾਈਲ ਅਤੇ ਇੱਥੋਂ ਹੋਣ ਲੱਗੀ ਹੈ ਸਟਾਰਟ ਆਪਣੀ ਵੈਜੀਟੇਬਲ ਮਾਰਕੀਟ ਇਹਨਾਂ 'ਚ ਫਲ ਫਰੂਟ ਸਬਜ਼ੀ ਜਿਹੜੀ ਆਈ ਆ ਦੁਬਈ ਦੀ ਸਬਜ਼ੀ ਮੰਡੀ ਸਬਜ਼ੀ ਮੰਡੀ ਅੱਜ ਦਿਖਾਉਂਦੇ ਆ ਤੁਹਾਨੂੰ ਸਬਜ਼ੀ ਮੰਡੀ ਦੁਬਈ ਦੀ ਚਲੋ ਲਿਸਟ ਮੰਗਵਾ ਲਈਏ ਘਰੋਂ ਅਸੀਂ ਕੀ ਚਾਹੀਦਾ ਲੋ ਵੀ ਦੋਸਤੋ ਆਪਾਂ ਦੁਬਈ ਦੀ ਸਬਜ਼ੀ ਮੰਡੀ ਦਾ ਐਗਜ਼ਿਟ ਲੈ ਲਿਆ ਮੇਨ ਰੋਡ ਤੋਂ ਜਾਂਦਾ ਮੇਨ ਰੋਡ ਆ ਗਿਆ ਆਪਾਂ ਅੰਦਰ ਟਰੱਕ ਤੁਹਾਨੂੰ ਇਹ ਕੰਟੇਨਰ ਦੇ ਕੇ ਹੋਣੇ ਆ ਫਰਿੱਜਾਂ ਵਾਲੇ ਅਤੇ ਸੂਰਜ ਵੀ ਤੁਹਾਨੂੰ ਦੇ ਕੇ ਹੁਣ ਤੁਹਾਨੂੰ ਦਿਖਾਉਂਦੇ ਆ ਪਹੁੰਚ ਗਏ ਫਿਰ ਮਾਹੌਲ ਠੀਕ ਆ ਸਾਹਮਣੇ ਤਾਂ ਪੈ ਰਿਹਾ ਸੂਰਜ ਵੀਡੀਓ ਨਹੀਂ ਕਲੀਅਰ ਆ ਰਹੀ ਲੇਕਿਨ ਤੁਹਾਨੂੰ ਫਿਰ ਵੀ ਦਿਖਾ ਦਿੰਦੇ ਹਾਂ ਆਹ ਸਾਰੇ ਕੰਟੇਨਰ ਖੜ੍ਹੇ ਨੇ ਸਬਜ਼ੀਆਂ ਦੇ ਭਰੇ ਹੋਏ ਹੈਂ ਆਹ ਲੈ ਲਿਆ ਰਾਈਟ ਆਪਾਂ ਸਿਗਨਲ ਤੋਂ ਹੁਣ ਤੁਹਾਨੂੰ ਵੀਡੀਓ ਕਲੀਅਰ ਦਿਖੂਗੀ ਕਿਉਂ ਸਲੀਮੇ ਆਹ ਪੈਟਰੋਲ ਪੰਪ ਆ ਗਿਆ ਠੀਕ ਹੋ ਗਿਆ ਇੱਥੋਂ ਸਾਡੇ ਪਿੱਛੇ ਲੱਗ ਜਾਣੇ ਬੰਦੇ ਇੱਥੋਂ ਬੰਦੇ ਲੱਗ ਜਾਣੇ ਹਾਂ ਅਤੇ ਆਹ ਖੜੀਆਂ ਗੱਡੀਆਂ ਪਾਰਕਿੰਗ ਲਈ ਅਤੇ ਆਹ ਬੰਦੇ ਖੜ੍ਹੇ ਨੇ ਰੇਹੜੀਆਂ ਵਾਲੇ ਟਰਾਲੀ ਵਾਲੇ ਸਮਝ ਗੱਲ ਨੂੰ ਪਾਰਕਿੰਗ ਲੱਭਣ ਨੂੰ ਵੀ ਟਾਈਮ ਲੱਗਦਾ ਹੁੰਦਾ ਇੱਥੇ ਨਹੀਂ ਹੁਣ ਤਾਂ ਮਿਲ ਜੂਗੀ ਮੈਨੂੰ ਲੱਗਦਾ ਨਹੀਂ ਮਿਲੂਗੀ ਪਾਰਕਿੰਗ 'ਚ ਕੁਛ ਚੇਂਜਸ ਲੱਗ ਰਹੇ ਨੇ ਅਤੇ ਗੱਡੀ ਆਪਾਂ ਇੱਥੇ ਪਾਰਕ ਕਰਕੇ ਨਾ ਲੱਭ ਕੇ ਫਿਰ ਤੁਹਾਨੂੰ ਮਿਲਦੇ ਹਾਂ ਆਹ ਜਿਹੜਾ ਬੰਦਾ ਖੜ੍ਹਾ ਟਰੋਲੀ ਲਈ ਸਮਝ ਗੱਲ ਨੂੰ ਇਹ ਬੰਦੇ ਤੁਹਾਡੀ ਹੈਲਪ ਕਰ ਦਿੰਦੇ ਨੇ ਇਹਦੀ ਟਰੋਲੀ 'ਤੇ ਇਹਨੂੰ ਹਾਇਰ ਕਰਨਾ ਪੈਂਦਾ ਅਤੇ ਲੈ ਲੈਂਦੇ ਪੰਜ ਦਸ ਦਰਾਮ ਤੁਹਾਡੀ ਮਰਜ਼ੀ ਆ ਜਿੰਨੇ ਕੁ ਦੇਣੇ ਆ ਅਤੇ ਲੱਗ ਗਿਆ ਨਾ ਇਹ ਫਿਰ ਅੰਦਰ ਤੱਕ ਨਾਲ ਜਾਂਦੇ ਨੇ ਸਬਜ਼ੀ ਆਪਾਂ ਰਖਾਉਂਦੇ ਹਾਂ ਟਰਾਲੀ 'ਤੇ ਵਾਪਸ ਇੱਥੇ ਆਪਣੀ ਗੱਡੀ ਤੱਕ ਲਿਆਉਂਦੇ ਨੇ ਇਹ ਬੰਦੇ ਚਲੋ ਜੀ ਮਿਲਦੇ ਹਾਂ ਫਿਰ ਕਿਉਂ ਸਲੀਮੇ ਅੰਦਰ ਜਾ ਕੇ ਮਿਲੀਏ ਹਾਂ ਬਣਾਉਂਦੇ ਆਵਾਂਗੇ ਨਾਲ ਦੀ ਨਾਲ ਚੱਲ ਠੀਕ ਹੁਣ ਸਾਡਾ ਵੱਡਾ ਮਿਸ਼ਨ ਆ ਪਾਰਕਿੰਗ ਲੱਭਣਾ ਜੋ ਇੱਥੇ ਬਹੁਤ ਵੱਡਾ ਮਿਸ਼ਨ ਹੁੰਦਾ ਹਾਂ ਚਲੋ ਜੀ ਮਿਲ ਗਈ ਇੱਥੇ ਰਸ਼ ਪੈਣ ਦੀ ਇੱਕ ਰੀਜ਼ਨ ਹੈ ਜਿਹੜਾ ਰਸ਼ ਪੈਂਦਾ ਇੱਥੇ ਕਿਉਂਕਿ ਸਾਰੇ ਹੋਟਲਾਂ ਵਾਲੇ ਗਰੋਸਰੀ ਵਾਲੇ ਮਾਰਕੀਟਾਂ ਵਾਲੇ ਛੋਟੇ ਵੱਡੇ ਸਾਰੇ ਇੱਥੋਂ ਆਪਦਾ ਫਿਰ ਸਟੋਕ ਚੱਕ ਕੇ ਲੈ ਜਾਂਦੇ ਆ ਸਸਤਾ ਪੈਂਦਾ ਵਾ ਅਤੇ ਆਪਦਾ ਉੱਥੇ ਫਿਰ ਮਾਰਕੀਟਾਂ 'ਚ ਐਜ਼ ਪਰ ਆਪਦੇ ਰੇਟ ਦੇ ਹਿਸਾਬ ਨਾਲ ਵੇਚ ਦਿੰਦੇ ਆ ਜਿੱਥੇ ਇੱਥੇ ਜਿਹਨੂੰ ਜਿੰਨਾ ਜਿੰਨਾ ਪੈਂਦਾ ਅਤੇ ਆਪਾਂ ਇੱਥੇ ਆਪਣੀ ਘਰ ਲਈ ਸਬਜ਼ੀ ਲੈਣ ਠੀਕ ਹੈ ਮਾੜੇ ਰੈਸਟੋਰੈਂਟ ਜਿੰਨੀ ਤਾਂ ਆਪਾਂ ਵੀ ਚੱਕ ਲੈਂਦੇ ਹਾਂ ਉੰਨੀ ਤਾਂ ਲੈ ਹੀ ਜਾਂਦੇ ਚੱਲ ਫਿਰ ਦਿਖਾਈਏ ਲੋ ਵੀ ਮਿੱਤਰੋ ਪੇਡ ਪਾਰਕਿੰਗ ਫਾਈਨਲੀ ਲਾਉਣੀ ਪਈ ਹਾਂ huh?
ਪਹੁੰਚ ਗਿਆ ਅੱਜ ਤਾਂ ਬੱਸ ਕਰਾਤੀ ਯਾਰ ਪਾਰਕਿੰਗ ਪਾਰਕਿੰਗ ਨੇ ਤੇ ਹੁਣ ਪੇਡ ਪਾਰਕਿੰਗ ਲਈ 10 ਦਰਾਂ ਰੁਪਏ ਘੰਟਾ ਆਹ ਸਾਰੇ ਸੈਕਸ਼ਨ ਲੱਗਿਆ ਬਾਈ ਉਹ ਸਬਜ਼ੀ ਮੰਡੀ ਸਾਰੀ ਪਾਰਕਿੰਗ ਤੁਹਾਨੂੰ ਦਿਖਾਤਾ ਮਾਹੌਲ ਆਹ ਟਾਈਮ ਆਉਂਗੇ ਤਾਂ ਫਿਰ ਪਾਰਕਿੰਗ ਨਹੀਂ ਮਿਲਣੀ ਸਲੀਮੇ ਕੀ ਟਾਈਮ ਕੀ ਹੋਇਆ ਕਿਸੇ ਨਾਲ ਜਾ ਰਿਹਾ ਹੈਗਾ ਬੰਦਾ ਆ ਜਾ ਫਿਰ ਆ ਜਾ ਕਿੰਨਾ ਨਹੀਂ ਨਹੀਂ 5 ਮਿੰਟ ਆ 5 ਮਿੰਟ ਥੋੜੀ ਆਵਾਜ਼ ਦੀ ਕਮੀ ਰਹਿਣੀ ਆ ਸੁਣੋ ਮਾਹੌਲ ਦਾ ਅੱਜ ਬਾਹਰ ਆਏ ਆਵਾਜ਼ ਤੁਹਾਨੂੰ ਘੱਟ ਸੁਣਨ ਦੇ ਚਾਂਸ ਹੋ ਸਕਦੇ ਆ ਇੱਧਰ ਵੀ ਸਬਜ਼ੀ ਮੰਡੀ ਇੱਧਰ ਮੈਨੂੰ ਲੱਗਦਾ ਫਰੂਟ ਮੰਡੀ ਇੱਧਰਲੀ ਸਾਈਡ ਪ੍ਰੋਪਰ ਮੈਨੂੰ ਪਤਾ ਨਹੀਂ ਗਿਆਨ ਇੰਨਾ ਹੈ ਨਹੀਂ ਗਾ ਇੱਧਰ ਆ ਸਬਜ਼ੀ ਮੰਡੀ ਇਹਦੀ ਅੱਖ ਚੁੰਗਲ ਮਾਰਨੀ ਸੀ ਮੈਂ ਗਲਤ ਫਹਿਮੀ ਹੋ ਗਈ ਇੱਧਰ ਨੂੰ ਜਾਣਾ ਹੁਣ ਆਪਾਂ ਮੈਂ ਵੀ ਹੁਣ ਆਪਾਂ ਅੰਦਰ ਜਾ ਕੇ ਤੁਹਾਨੂੰ ਗੇਟ ਤੋਂ ਫਿਰ ਦਿਖਾਉਂਦੇ ਆ ਮਾਹੌਲ ਹੈ ਮਾਹੌਲ ਵਧੀਆ ਇੱਕ ਨੰਬਰ ਆ ਮਾਹੌਲ ਇੱਕ ਨੰਬਰ ਆ ਆ ਸਾਰੇ ਬਾਈ ਟਰੱਕ ਖੜੇ ਖਾਲੀ ਹੋਣ ਲਈ ਉਹਦੇ ਬੈਕ ਕਰਕੇ ਲਾਏ ਹੋਏ ਆ ਇਹਨਾਂ 'ਚ ਫਲ ਫਰੂਟ ਸਬਜ਼ੀ ਜਿਹੜੀ ਆਈ ਆ ਅੰਬ ਆ ਗਿਆ ਹੁਣ ਕਿਹੜਾ ਅੰਬ ਜਿਹੜਾ ਵੀ ਮਰਦੀ ਸਿੰਦੜੀ ਅੰਬ ਸਿੰਦੜੀ ਲੱਭੀ ਇਹਦਾ ਮਾ ਜਾਵੇ ਮਜ਼ਾ ਅਤੇ ਇੱਥੋਂ ਹੋਣ ਲੱਗੀ ਆ ਸਟਾਰਟ ਆਪਣੀ ਵੈਜੀਟੇਬਲ ਮਾਰਕੀਟ ਸਬਜ਼ੀ ਮੰਡੀ ਇੱਥੇ ਇੱਥੇ ਬਚਣਾ ਪੈਂਦਾ ਹੈ ਲੋਕਾਂ ਤੋਂ ਆਪਣੇ ਆਪ ਇਹ ਤੁਸੀਂ ਚਾਰੇ ਪਾਸਿਓ ਚੌਸਤ ਰਹਿਣਾ ਕਿੱਧਰੋਂ ਦੀ ਕੋਈ ਵੀ ਆ ਸਕਦਾ ਟਰਾਲੀ ਵਾਲੇ ਆਹ ਬੈਠੇ ਆਹ ਕਿੰਨੇ ਬੈਠੇ ਵਾਧੂ ਬੰਦੇ ਟਰਾਲੀ ਵਾਲੇ ਇਹ ਬੰਦਾ ਕਰ ਲਿਆ ਸੀ ਹਾਇਰ ਹੁਣ ਬਾਈ ਸਬਜ਼ੀ ਲੈਣੀ ਆ ਜ਼ਿਆਦਾ ਕੰਟਰੈਕਟ ਨਹੀਂ ਲੱਗਦਾ ਤੇਰੀ ਗਾੜੀ ਮੈਂ ਆ ਜਾਏਗਾ ਪੂਰਾ ਸਮਾਨ ਦੋ ਵਾਰ ਲਗਾ ਰਹੇ ਆ ਮਾਹੌਲ ਵਧੀਆ ਬੰਦਾ ਲੱਭ ਲਿਆ ਸੀ ਹਾਇਰ ਕਰ ਲਿਆ ਫਰੂਟ ਆਪਾਂ ਲਵਾਂਗੇ ਸਬਜ਼ੀ ਤੋਂ ਪਹਿਲਾਂ ਲੈਂਦੇ ਹਾਂ ਫਰੂਟ ਫਿਰ ਲੈਂਦੇ ਹਾਂ ਸਬਜ਼ੀ ਅੱਜ ਬਾਰਗਨਿੰਗ ਤੂੰ ਕਰੇਗਾ ਮੇਰੇ ਹੱਥ 'ਚ ਹੈਗਾ ਮੋਬਾਈਲ ਅਸੀਂ ਬਹੁਤ ਬਾਰਗਨਿੰਗ ਕਰ ਦਿੰਦੇ ਇੱਥੇ ਮਜ਼ਾ ਜਾਂਦਾ ਮਾਹੌਲ ਪੂਰਾ ਵਧੀਆ ਹੁੰਦਾ ਐਂ ਬਚਣਾ ਪੈਂਦਾ ਆਪਦਾ ਆਪ ਬਚਾਓ ਰਹਿਣ ਦੇ ਯਾਰ ਗਲਤ ਬੰਦਾ ਫੜ ਲਿਆ ਜਿਹਨੂੰ ਪਤਾ ਹੀ ਨਹੀਂ ਬੰਦਾ ਦੂਜਾ ਫੜ ਲਿਆ ਜਿਹਨੂੰ ਪਤਾ
ਸ਼ਹਿਰ ਜਿੱਥੋਂ ਆਪਾਂ ਚੱਕ ਦੇ ਹੁੰਦੇ ਸੀਗੇ ਬਾਈ ਪੂਰੇ ਆਲੂ ਪਿਆਜ਼ ਦੇ ਗੱਟੇ ਉਹ ਕਿੱਧਰ ਆ ਉਹ ਮੈਨੂੰ ਲੱਗਦਾ ਹੈਂ ਪਹਿਲਾਂ ਸਬਜ਼ੀ ਖਰੀਦ ਲਈ 55 ਦੀ ਪੇਟੀ ਕਹਿੰਦਾ ਇਹ ਸਬਜ਼ੀ ਖਰੀਦ ਲਈ ਪੈਂਦਾ ਨਾ ਗਾ ਆ ਬਾਈ ਆਪਣਾ ਸਮਾਨ ਆ ਗਿਆ ਇੱਥੇ ਵੀ ਜੇ ਗੱਡੀ ਆ ਗਈ ਸਾਈਡ ਹੋ ਜਾ ਇੱਧਰ ਦੇ ਟਾਕਰੇ ਹੁੰਦੇ ਕਿੰਨੇ ਦਾ ਕੁਛ ਨਾ ਮਿੱਟੀ ਵਾਲੇ ਆ ਮੈਂ ਅੱਗੇ ਦੇ ਆਲੂ ਆ ਗਏ ਅੱਗੇ ਵੀ ਆਲੂ ਬਾਈ ਰੋਕਤਾ ਸੀ ਪਤੰਦਰ ਦਿਆ ਇਹ ਆਲੂ ਕਿਤਨਾ ਹੈ ਬਾਈ ਜੇ 25 ਹੈ ਉਹ 20 ਦੇਈ ਜਾਂਦਾ ਮਿੱਟੀ ਵਾਲੇ ਆ ਵੀ ਮਿੱਟੀ ਵਾਲੀ ਆ ਫਿਰ ਇਹ 25 ਦੇ ਦਿੰਦਾ ਉਹ 20 ਦੇ ਦਿੰਦਾ ਸਸਤੇ ਆ ਉਹ ਇਹਦੇ ਮਹਿੰਗਾ ਹੋਊ ਫਿਰ ਯਾਰ ਪਹਿਲਾਂ ਬਾਈ ਹੁਣ ਬੜਾ ਖੁਸ਼ ਆ ਗੱਡੀ ਵਾਲਾ ਬਦਲ ਕੇ ਉਹ ਪਹਿਲਾਂ ਵਾਲਾ ਗੁੰਗਾ ਜਿਹਾ ਭੈਣ ਦੋ ਖੜਾ ਉਹ ਸਾਰਾ ਕੁਝ ਦੱਸਦਾ ਹੀ ਨਹੀਂ ਸੀ ਤੇ ਹੁਣ ਬੰਦਾ ਅਸੀਂ ਨਵਾਂ ਟੱਕਰਿਆ ਇਹ ਲੈ ਕੇ ਜਾਊ ਆਪੇ ਹੀ ਹੁਣ ਤਾਂ ਗੱਡੀ ਵਾਲਾ ਚਾਦਰ ਹੋਣਾ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਔਰੇਂਜ ਕਿੱਧਰ ਹੈ ਬਾਈ ਆ ਰਹੇ ਪਏ ਇਹ ਔਰੇਂਜ ਕਿੰਨਾ ਹੈ ਆ ਪਿਆ 10 ਕਿਲੋ ਆ ਆਪਣਾ ਸੰਤਰਾ ਲੱਗਦਾ ਹੈ ਉਹ 7 ਕਿਲੋ ਆ ਪਤਾ ਨਹੀਂ ਆ ਖੜਾ ਬੰਦਾ ਕਿਹੜੀ ਲੈਣੀ ਆ ਆ ਜਾ ਚੱਲ ਕਿੰਨੂਆਂ ਦੀ ਪੇਟੀ ਹੋ ਗਈ ਇਹ ਕਿੰਨੇ ਦੇ ਇਹ 30 ਦਰਾਮਾਂ ਦੇ ਇਹ ਕੀ ਕਰਨੇ ਆ ਆਪਾਂ ਅੰਬ ਲੈਣੇ ਆ ਅੰਬ ਪਾਕਿਸਤਾਨੀ ਜਾਂ ਨਹੀਂ ਆ ਠੀਕ ਆ
ਉਹ ਵੀ ਆਪਣੇ 2 ਘੰਟੇ ਲੱਗ ਹੀ ਜਾਣੇ ਇੱਥੇ। ਹਾਂ ਉਹਦੇ ਵੀ 20 ਲੱਗ ਹੀ ਚੱਲ ਹੋ ਗਿਆ ਨਾ। ਹਾਂ ਚੱਲ ਆ ਜਾ ਬਾਈ, ਆ ਜਾ ਦੋ ਸ਼ਕਰਕੰਦੀ ਪੁੱਛੀ ਮਹਿੰਗਾ ਬਹੁਤ ਆ ਸਮਾਨ ਯਾਰ, ਮੈਂਗੋ ਕਿੱਥੇ ਕਹਿੰਦਾ ਸੀ ਇਹਨਾਂ ਨੂੰ, ਇਹ ਹਜੇ ਸਾਡਾ ਫਰੂਟ ਦਾ ਸਮਾਨ ਹੋ ਗਿਆ। ਉਹ ਅੰਬ ਦੀ ਪੇਟੀ ਪਈ ਆ, ਔਰੇਂਜ, ਐਪਲ, ਅੰਗੂਰ ਦੀ ਪੇਟੀ, ਇਹ ਲੈ ਲਿਆ ਮਤਲਬ ਸਮਾਨ। ਹਾਂ ਆ ਗਿਆ 100 ਕਿਲੋਗ੍ਰਾਮ ਦਾ ਸੌਦਾ, ਪਤਾ ਨਹੀਂ ਤੂੰ ਹੀ ਦਿੱਤੇ ਮੈਨੂੰ ਤਾਂ 10-20 ਕਿਲੋਗ੍ਰਾਮ ਦਾ ਸੌਦਾ ਆ ਗਿਆ। ਜੇ ਆਪਾਂ ਲੈਂਦੇ ਹਾਂ ਮੌਲ ਦੇ ਵਿੱਚੋਂ, ਅਗਰ ਆਪਾਂ ਮੌਲ 'ਚ ਲਈਏ ਫਿਰ ਇੱਥੋਂ ਡਬਲ ਹੀ ਜਾਣਾ ਕੰਮ ਸਾਰਾ, ਡਬਲ ਤੋਂ ਵੀ ਵੱਧ। ਹੁਣ ਘੱਟੋ ਘੱਟ ਵੀ ਆਪਣੇ 3 ਹਫ਼ਤੇ ਚੱਲ ਜਾਣਾ ਸਾਰਾ ਸਮਾਨ। ਇੱਧਰਲੀ ਦਰਵਾਜ਼ਾ ਬੰਦ ਕਰਤਾ ਹੁਣ ਘੁਮਾ ਕੇ ਲੈ ਕੇ ਚੱਲਾ, ਹੁਣ ਅਸੀਂ ਜਾ ਰਹੇ ਹਾਂ ਸਬਜ਼ੀ ਸੈਕਸ਼ਨ ਵੱਲ। ਇਹ ਕਹਿੰਦਾ ਸਬਜ਼ੀ ਉੱਧਰ ਲਓ ਵਧੀਆ ਹੁੰਦੀ ਆ ਅਤੇ ਸਸਤੀ ਵੀ। ਟਮਾਟਰ, ਹਾਂ ਖੀਰਾ ਤਾਂ ਇੱਥੇ ਮਿਲਦਾ ਜੀ, ਉੱਥੋਂ ਸ਼ਾਇਦ ਵਧੀਆ ਆਪਸ਼ਨ ਮਿਲ ਜਾਊ ਸਾਰਾ ਸਮਾਨ ਚੱਕਣਾ। ਅੱਜ ਸਾਡਾ ਘੁੰਮਾ ਫਿਰਾ ਜ਼ਿਆਦਾ ਹੋ ਗਿਆ ਅਤੇ ਖਾਲੀ ਸਮਾਨ ਤਾਂ ਆਪਾਂ ਲੈ ਲਿਆ, ਬਾਕੀ ਤੁਹਾਨੂੰ ਵੇਰਵਾ ਜਦੋਂ ਗੱਡੀ 'ਚ ਰੱਖਾਂਗੇ ਉਦੋਂ ਦੱਸਾਂਗੇ ਕੀ ਸਮਾਨ ਲਿਆ ਆਪਾਂ ਪ੍ਰੋਪਰ ਕਿੰਨੇ ਕਿੰਨੇ ਦਾ। ਅੱਗੇ ਤਾਂ ਇੰਨੇ ਟਾਈਮ ਨੂੰ ਮੁੜ ਜਾਂਦੇ ਹਾਂ ਆਪਾਂ, ਅੱਜ ਥੋੜ੍ਹਾ ਇਹਨਾਂ ਨੇ ਕੁਛ ਨਾ ਸੈਕਸ਼ਨ ਬੰਦ ਕੀਤੇ ਨੇ ਜਿਹਦੇ ਕਰਕੇ ਸਾਨੂੰ ਇੱਕ ਸੈਕਸ਼ਨ 'ਚੋਂ ਨਿਕਲ ਕੇ ਦੂਜੇ ਪਾਸੇ ਜਾਣਾ ਪਿਆ। ਚਲੋ ਜੀ ਕਿੱਦਾਂ ਸਰ ਕੰਡੀਸ਼ਨ ਦੇ ਦਿੰਦੇ ਹੋ, ਪੂਰੀ ਸ਼ੋਪਿੰਗ ਚੱਲ ਰਹੀ ਹੈ ਜਦੋਂ ਜਹਿਦ ਅੱਜ ਅੱਜ ਸਬਜ਼ੀਆਂ ਬੁੜੀਆਂ ਵਾਂਗੂ ਸਬਜ਼ੀਆਂ ਲਈ ਜਾ ਰਹੇ ਬੁੜੀਆਂ ਵਾਂਗੂ। ਨਾਲੇ ਮੇਨ ਸਾਡਾ ਸੀ ਸਬਜ਼ੀ ਮਾਰਕੀਟ ਦਿਖਾਉਣੀ, ਵੈਜੀਟੇਬਲ ਮਾਰਕੀਟ ਦਿਖਾਉਣੀ, ਕੰਟੈਂਟ ਦਿਖਾਉਣਾ ਇਹ, ਮਤਲਬ ਪਤਾ ਲੱਗਣਾ ਚਾਹੀਦਾ ਵੀ ਦੁਬਈ ਦੇ ਵਿੱਚ ਵੈਜੀਟੇਬਲ ਮਾਰਕੀਟ ਇੱਦਾਂ ਦੀ ਆ, ਇੱਦਾਂ ਦੀ ਆ ਪੂਰੀ ਇੰਡੀਅਨ ਟਾਈਪ, ਇੰਡੀਅਨ ਟਾਈਪ ਹੈ। ਲੇਕਿਨ ਭਾਜਨਾਟ ਥੋੜ੍ਹੀ ਕੁ ਜ਼ਿਆਦਾ ਕਰਨੀ ਪੈਂਦੀ, ਨਾ ਬੁੜੀ ਦਾ ਕੰਮ ਹੈ ਅਤੇ ਨਾ ਜਵਾਕਾਂ ਦਾ ਕੰਮ ਹੈ, ਖੱਜਲ ਖੁਆਰੀ ਹੁੰਦੀ ਆ ਪਾਉਂਦਾ ਜਾਂਦਾ ਆਪਣਾ ਬੰਦਾ। ਲੇਕਿਨ ਪੈਸੇ ਬਹੁਤ ਬਚਦੇ ਆ ਜਦੋਂ ਆਪਾਂ ਕੰਪੇਅਰ ਕਰਦੇ ਹਾਂ, ਸਾਡਾ ਬੰਦਾ ਬਹੁਤ ਅੱਗੇ ਲੰਘ ਗਿਆ, ਸਾਨੂੰ ਜਾਣਾ ਪੈਣਾ ਆਪਾਂ ਫਸ ਜਾਣਾ ਬਾਈ। ਖੱਜਲ ਖੁਆਰ ਹੋਣ ਦਾ ਫਾਇਦਾ ਹੈ, ਹਾਂ ਕਿਉਂ ਨਹੀਂ ਫਾਇਦਾ, ਕਿੰਨੀ ਮਹਿੰਗੀ ਸਬਜ਼ੀ, ਮਤਲਬ ਰੇਟ ਆਉਣ ਦੇਖਿਆ ਸੀ, ਰੇਟ ਚੜ ਗਿਆ ਭੈਣ ਚੋਂ ਆਸਮਾਨ ਨੂੰ ਯਾਰ। ਜੇ ਸਮਝ ਲਓ ਇੱਥੇ 300 ਖਰਚਦੇ ਹੋ ਤਾਂ 900 ਦਾ ਸਮਾਨ ਲੈ ਕੇ ਚੱਲਿਓ ਦੂਜੀ ਮਾਰਕੀਟ, ਟੁੱਟੇ ਪੈਸੇ ਹੱਥ 'ਚ ਫੜੀ ਚੱਲੋ, ਕਿੰਨੇ ਦਾ ਇਹਨਾਂ ਲੈ ਫੜ ਬਈ, ਲੈ ਫੜ ਬਈ ਇੱਦਾਂ ਅਲੱਗ ਅਲੱਗ ਰੇਹੜੀਆਂ ਤੋਂ। ਅੱਜ ਵੀਡੀਓ ਦੀ ਕੁਆਲਿਟੀ ਤੁਹਾਨੂੰ ਥੋੜ੍ਹੀ ਲੱਗ ਸਕਦੀ ਹੈ, ਤੁਰਦਿਆਂ ਸਾਡੀ ਆਵਾਜ਼ ਘੱਟ ਆਉਂਦੀ ਹੋਣੀ ਹੈ ਤੁਹਾਨੂੰ, ਕਿਉਂਕਿ ਆਵਾਜ਼ ਬਾਹਰ ਬਹੁਤ ਆ। ਚਲੋ ਫਿਰ ਨੈਕਸਟ ਪਲੇਟਫਾਰਮ ਤੇ ਮਿਲਦੇ, ਚਲੋ ਮਿਲਦੇ ਆਪਾਂ ਅੱਗੇ। ਲੋ ਬਈ ਫਾਈਨਲੀ ਪਹੁੰਚ ਗਏ ਬਾਈ, ਫਾਈਨਲੀ ਪਹੁੰਚ ਗਿਆ ਪਾਰਕਿੰਗ ਦੇ ਵਿੱਚ, ਉਹ ਉੱਧਰ ਹੈ ਬੰਦੂ ਗਾਡੀ, ਉੱਥੇ ਲਾਈ ਵੀ ਰਿਵਰਸ ਕਰਕੇ ਆਪਾਂ ਆ ਜਾਓ ਆ ਜਾਓ ਆ ਜਾਓ ਗੱਡੀ ਅੱਗੇ ਕਰਾਂ ਇੱਧਰ ਲਾ ਦਾ, ਫੜ ਗੱਡੀ ਅੱਗੇ ਕਰਕੇ ਲਾ ਦਾ ਬੰਦੂ, ਇੱਧਰ ਗਾੜੀ ਆ ਕੇ ਲੈ ਗਿਆ
ਓਕੇ ਰਿਪੋਰਟਾਂ ਆ ਟਮਾਟਰਾਂ ਦੀ ਪੇਟੀ ਲਈ ਆਪਾਂ ਦੇਖ ਕੇ ਨਾਪ ਤੋਲ ਕੇ ਵਧੀਆ ਨਹੀਂ ਜਾਓ ਜਾਓ ਤੁਮ ਕਰੋ ਤੁਮ ਸਹੀ ਆ ਇਹ ਕਿੰਨੇ ਦੀ ਸਾਡਾ ਇਹ ਤਾਂ ਆ ਕੇ ਰੱਖਣੀ ਚ ਰੱਖਦੇ ਆ ਕਿੰਨੇ ਦੀ ਆ ਇਹ 12 ਦੀ ਸੀ ਸ਼ਾਇਦ 10 ਦਰਾਮਾਂ ਦੀ ਆਹਾ ਮੈਂਗੋ ਪੇਟੀ ਆ ਉਹ ਕੈਰਟ ਆ ਉਹ ਲਸਣ ਹੋ ਗਿਆ ਆਲੂ ਆਹਾ ਆ ਪੂਰੀ ਪੇਟੀ ਵੱਡੀ ਔਰੇਂਜ ਵਾਲੀ ਅਸਲ ਉਹ ਦਵਾਣਾ ਚੱਲਿਆ ਵਾਟਰਮੈਲਨ ਔਰੇਂਜ ਦੀ ਪੇਟੀ ਹੈ ਆ ਕਿਹੜੇ ਆ ਸਲਿਮ ਅੰਗੂਰ ਆ ਇਹ ਨਹੀਂ ਬੈਂਗਣ 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 ਹੋਈ ਬੇ ਬਾਪੂ ਬੈਂਗੜ ਦੈਂਗੜ ਹੋਈ ਚਲੋ ਬਈ ਉਹ ਸ਼ੁਕਰ ਆ ਮਸਟੈਂਗ ਲੈ ਕੇ ਨਹੀਂ ਆਏ ਤੇ ਇਹਦੇ 'ਚ ਫਿੱਟ ਆ ਜਾਂਦਾ ਘਾਣਾ ਪੂਰਾ ਸਹੀ ਹੈ ਨਾ ਚਲੋ ਸਲਿਮੇ ਪੈਸੇ ਦੇ ਦੀਏ ਪੈਸੇ ਕਿਤਨੇ ਦਿਨ ਆ 20 ਹੋ ਗਿਆ 2 ਘੰਟਾ ਹੋ ਗਿਆ ਹਮੇ ਦੋ ਸਾਢੇ ਘੰਟਾ ਸਾਢੇ ਓਕੇ ਬਾਈ ਓਕੇ ਬ੍ਰਦਰ ਤੇ ਅੱਜ ਪੇਡ ਪਾਰਕਿੰਗ ਲਾਈ ਸੀ ਤੇ 20 ਦਰਾਮ ਬਣ ਗਏ ਇਹਦੇ ਸਾਢੇ ਇੱਕ ਘੰਟਾ ਡੇਢ ਨਹੀਂ ਕਿਹਾ ਉਹਨੇ ਸਾਢੇ ਇੱਕ ਘੰਟਾ ਕਹਿੰਦਾ ਤੇ ਬੈਠਾ ਲਾ ਲਈਏ ਯਾਰ ਪਾਰਕ ਵੈਲਿਊ ਦੇਖ ਲਓ ਸਬਜ਼ੀ ਮੰਡੀ ਦੀ 10 ਦਰਾਮ ਘੰਟਾ ਪਾਰਕਿੰਗ ਸੀ 10 ਦਰਾਮ ਘੰਟਾ ਪਾਰਕਿੰਗ ਤੇ ਗੱਲ ਹੈਗੀ ਇੱਦਾਂ ਤੁਹਾਨੂੰ ਸ਼ਾਇਦ ਵਲੌਗ ਦੇ ਵਿੱਚ ਆਪਣੀ ਆਡੀਓ ਥੋੜ੍ਹੀ ਜਿਹੀ ਇੰਟਰਪਟ ਲੱਗੇ ਕਿਉਂਕਿ ਹਾਂ ਭੱਜ ਨੱਠ ਜ਼ਿਆਦਾ ਹੋਈ ਆ ਅਤੇ ਮੇਨ ਸਾਡਾ ਮਕਸਦ ਸੀਗਾ ਕਿ ਥੋੜ੍ਹਾ ਜਿਹਾ ਸਬਜ਼ੀ ਮੰਡੀ ਵੀ ਕੈਪਚਰ ਕਰ ਲਈ ਜਾਵੇ ਇੱਥੇ ਅਲਾਊਡ ਨਹੀਂ ਹੈਗਾ ਵੀਡੀਓ ਬਣਾਉਣਾ ਅੰਦਰ ਬਹੁਤ ਜਾਣੇ ਮਨਾ ਕਰੀ ਜਾਂਦੇ ਸੀ ਆਪਾਂ ਵੀਡੀਓ ਬਣਾ ਲਈ ਛੋਟੀ ਮੋਟੀ ਜਿਹੜੀ ਵੀਡੀਓ ਕਲਿੱਪ ਬਣੀ ਆ ਹੋਪ ਸੋ ਤੁਸੀਂ ਇੰਜੋਏ ਕਰੋਗੇ ਹੈ ਨਾ ਅਤੇ ਹੁਣ ਆਪਾਂ ਸਬਜ਼ੀ ਲੈ ਕੇ ਜਾ ਰਹੇ ਹਾਂ ਘਰੇ ਵੀ ਹਲੇ ਆਪਾਂ ਮਿਲਦੇ ਹਾਂ ਦੇਖਦੇ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਕਿਵੇਂ ਸਬਜ਼ੀ ਲਾਉਣੀ ਆ ਇਹ ਅਤੇ ਉੱਪਰ ਥਰਡ ਫਲੋਰ 'ਤੇ ਕਿਵੇਂ ਲੈ ਕੇ ਜਾਂਦੇ ਹਾਂ ਚੰਗਾ ਜੀ ਅਤੇ ਸਬਜ਼ੀ ਮੰਡੀ ਤੋਂ ਸਬਜ਼ੀ ਖਰੀਦਣ ਦਾ ਹਿਸਾਬ ਕਿਤਾਬ ਆਪਣਾ ਕਾਫੀ ਪੁਰਾਣਾ ਵਾ ਲੇਕਿਨ ਹੁਣ ਅਸੀਂ ਥੋੜ੍ਹੇ ਗੈਪ ਬਾਅਦ ਆਏ ਹਾਂ 4-5 ਮਹੀਨੇ ਬਾਅਦ ਤਾਂ ਰੇਟ ਬਹੁਤ ਹਾਈ ਹੋਏ ਸੀ ਅਣਗਹਿਲੀ ਮਤਲਬ ਹਾਂ ਯਾਨੀ ਕਿ ਜਿਹੜੀ ਚੀਜ਼ ਅਸੀਂ 10 ਦਰਾਮ ਦੀ ਪੇਟੀ ਜਾਂ 15 ਦਰਾਮ ਦੀ ਪੇਟੀ ਖਰੀਦ ਰਹੇ ਹਾਂ ਉਹ 50 ਜਾਂ 60 ਦੀ ਹੋ ਗਈ ਇੰਨੀ ਮਹਿੰਗਾਈ ਹੋ ਗਈ 60 ਦੀ ਹੋਈ ਹਾਂ ਸਹੀ ਗੱਲ ਤੇ ਆਪਾਂ ਬਈ ਉਹ ਕਿੰਨੇ ਦੀ ਸੀ ਹੁਣ ਕੀ ਆਪਾਂ ਖਾਣੇ ਕਕੁੰਬਰ ਕਿੰਨੇ ਦੀ ਪੇਟੀ ਸੀ ਕਕੁੰਬਰ ਦੀ ਆਪਾਂ ਪੇਟੀ ਆਹ ਵਾਲੀ 35 ਦੀ ਯਾਰ ਖੀਰੇ ਲਏ ਆਪਾਂ ਲੈ ਨਹੀਂ ਖੀਰੇ ਨਹੀਂ ਕਕੁੰਬਰ ਜਾਂ 45 ਰੁਪਏ ਸੀ ਸ਼ਾਇਦ ਤੇ ਜਿਹੜੀ ਅਸੀਂ ਪਿਛਲੇ ਟਾਈਮਾਂ ਦੇ ਵਿੱਚ ਸਾਨੂੰ ਸੈੱਟ ਕੇ 10 ਦੇ ਦਿਓ ਨਹੀਂ ਨਹੀਂ ਕਕੁੰਬਰ ਦੀ ਤਾਂ ਆਪਾਂ ਨੂੰ 10 ਦੀ ਮਿਲੀ ਆ ਨਹੀਂ ਕਕੁੰਬਰ ਤਾਂ ਲਈ ਵੀ ਨਹੀਂ ਆਪਾਂ ਉਹ ਹਾਂ ਚਾ ਖੀਰਿਆਂ ਦੀ 35 ਦੀ ਅੰਗਰੇਜ਼ੀ ਮੈਂ ਗਾਜਰ ਸਮਝੀ ਜਾਂਦਾ ਉਹ ਕੈਰਟ ਦੀ 10 ਦੀ ਮਿਲੀ ਆ ਤੇ ਜਿਹੜੇ ਖੀਰੇ ਮਿਲਦੇ 45 ਕਿਹੜੇ ਕਿਸੇ ਟਾਈਮਾਂ 'ਚ ਅਸੀਂ 10 ਦੀ ਉਹ ਵੀ ਉਹਨੂੰ ਕਹਿਣਾ ਨਹੀਂ ਲੈਣੀ ਉਹ 8 ਦੀ ਲੈ ਜਾ ਐਂ ਬੋਲਦਾ ਸੀ ਐਂ ਬੋਲ ਜਾਂਦਾ ਸੀ ਉਹ ਜ਼ਿਆਦਾ ਪੁਰਾਣੀ ਗੱਲ ਨਹੀਂ ਕੁਛ ਕੁ ਮਹੀਨੇ ਦੀ ਗੱਲ ਤੇ ਮੈਨੂੰ ਲੱਗਦਾ ਵੀ ਮਹਿੰਗਾਈ ਆਸਮਾਨ ਫਾੜ ਕੇ ਨਿਕਲ ਚੁੱਕੀ ਹੈ ਤੇ ਮਾੜੇ ਬੰਦੇ ਦਾ ਮਿਡਲ ਕਲਾਸ ਬੰਦੇ ਦਾ ਜਿਉਣਾ ਮਿਡਲ ਕਲਾਸ ਬੰਦੇ ਦੀ ਜ਼ਿੰਦਗੀ ਹੁਣ ਡੇ ਬਾਈ ਡੇ ਔਖੀ ਹੁੰਦੀ ਜਾ ਰਹੀ ਹੈ ਸਹੀ ਹੈ ਫਿਰ
ਜਿੰਨੀ ਸਬਜ਼ੀ ਚੱਕ ਲਈ ਬਾਈ ਮਹੀਨਾ ਨਿਕਲ ਜਾਣਾ, ਮਹੀਨੇ ਤੋਂ ਜ਼ਿਆਦਾ ਨਿਕਲੂਗਾ, ਆਲੂ ਪਿਆਜ਼ ਟਮਾਟਰ ਤਾਂ ਵਾਧੂ ਕਰਤਾ। ਅੱਛਾ ਫਰੂਟ ਵੀ ਅਸੀਂ ਅੰਬਾਂ ਦੀ ਪੇਟੀ ਇਹ ਵੀ ਆਪਣੀ ਦੋ ਹਫ਼ਤੇ ਆਰਾਮ ਨਾਲ ਚਲੀ ਜਾਣੀ ਹੈ, ਕਿਉਂਕਿ ਇਹਨੂੰ ਥੋੜ੍ਹਾ ਸੰਭਾਲ ਕੇ ਰੱਖਣਾ ਪੈਣਾ ਖਰਾਬ ਨਾ ਹੋ ਜਾਣ। ਠੀਕ ਹੈ, ਗਾਜਰਾਂ ਦੀ ਪੇਟੀ, ਫਿਰ ਅੰਗੂਰਾਂ ਦੀ ਪੇਟੀ, ਫਿਰ ਐਪਲ, ਸੰਤਰਿਆਂ ਦੀ ਪੇਟੀ, ਔਰ ਹੋਰ ਕੀ ਫਰੂਟ ਬਸ ਖਰਾਬ ਹੋਣ ਤੋਂ ਬਚਾਉਣੇ ਉਹ ਵਾਧੂ। ਹਾਂ, ਤੇ ਸਬਜ਼ੀ ਤਾਂ ਚੱਲ ਇੱਕ ਬੈਂਗਣੀ ਮਿਲਿਆ, ਹੋਰ ਸਬਜ਼ੀ ਉੱਥੇ ਜ਼ਿਆਦਾ ਉਹਦਾ ਡੇਲੀ ਆਰਡਰ ਤੇ ਵੀ ਆ ਗੋਭੀ ਤੇ ਬੈਂਗਣ। ਹਾਂ, ਗੋਭੀ ਦੀ ਪੇਟੀ ਲਈ ਆ, ਬੈਂਗਣਾਂ ਦੀ ਪੇਟੀ, ਤੇ ਹੁਣ ਗੋਭੀ ਵਾਲੇ ਪਰੌਂਠੇ ਹੋਣਗੇ। ਹਾਂ, ਇਹ ਗੱਲ ਹੋ ਸਕਦੀ ਹੈ, ਬਾਕੀ ਫਿਰ ਦੇਖਾਂਗਾ। ਅੱਛਾ, ਲਸਣਾਂ ਦਾ ਉਹ ਕੱਟ, ਉਹ ਗੁੱਛਾ ਜਿਹਾ ਥੱਕ ਹਾਰ ਗਏ ਆ, ਪੈਰਾਂ ਦੀ ਭੜੈ ਬੋਲ ਗਈ ਆ, ਤੇ ਤੁਰਨਾ ਅੱਜ ਪਹਿਲਾਂ ਨਾਲੋਂ ਵੀ ਜ਼ਿਆਦਾ ਤਾਂ ਪਿਆ, ਬਹੁਤ ਬੰਦ ਕੀਤੀ ਹੋਈ ਸੀ, ਬੰਦ ਕਰਕੇ ਅਗਲੀ ਜਗ੍ਹਾ ਖੋਲੀ ਸੀ, ਪਾਰਟ ਕੀਤੇ ਪਏ ਸੀ, ਅੱਧੀ ਇੱਧਰ ਮਾਰਕੀਟ ਫਰੂਟਾਂ ਵਾਲੀ, ਅੱਧੀ ਇੱਧਰ, ਇੱਦਾਂ ਹੀ ਹਿਸਾਬ ਕੀਤਾ ਪਿਆ ਸੀ ਇਹਨਾਂ ਦਾ। ਚਲੋ ਜੀ, ਰੱਖਦੇ ਹਾਂ ਹੁਣ, ਮੈਂ ਤਾਂ ਸਿੱਧਾ ਘਰੇ ਆ ਗਏ ਬਸ। ਆਪਣੀ ਆਹ ਟਰੋਲੀ ਆ, ਹੁਣ ਆਪਾਂ ਸਮਾਨ ਰੱਖ ਲਈਏ ਕੱਢ ਕੇ ਗੱਡੀ 'ਚੋਂ, ਕਿਉਂ ਸਲੀਮ? ਚੱਲ ਫਿਰ ਰੱਖ ਜਲਦੀ, ਮੈਡਮ ਵੀ ਤੁਹਾਨੂੰ ਸਮਾਨ ਟਿਕਾ ਕੇ। ਆਪਾਂ ਆਹ ਵੀ ਗੱਡੀ ਆਪਣੀ ਹੋਈ ਆ, ਇਹ ਰੱਖੀ ਹੋਈ ਆ, ਕਿਹੜਾ ਵਾਲਾ ਲੈ ਰੱਖ। ਚੱਕ ਉਹਨੂੰ ਰੱਖ ਫਿਰ ਇੱਦਾਂ। ਚਾਈਲਡ ਲੇਬਰ, ਇਹਦਾ ਫਾਇਦਾ ਬਹੁਤ ਹੋ ਜਾਂਦਾ, ਸਾਰਾ ਸਮਾਨ ਇੱਕ ਵਾਰੀ 'ਚ ਹੀ ਚੱਕ। ਚੱਲ ਰੱਖ ਦੇ ਇੱਥੇ, ਇਹਦੇ ਉੱਤੇ ਰੱਖ ਦੇ। ਮੰਗੋ ਹੋ ਗਿਆ ਕਲੀਅਰ, ਚੱਲ ਚਲੋ ਵੀ ਮੰਨੋ। ਅੱਜ ਦਾ ਵਲੋਗ ਆਪਾਂ ਕਰਦੇ ਹਾਂ ਇੱਥੇ ਸਮਾਪਤ। ਆ ਹੋ ਗਈ ਆਪਣੀ ਟਰੋਲੀ, ਠੀਕ ਆ, ਇਹ ਹੋ ਗਈ ਸਬਜ਼ੀ, ਅਤੇ ਇਹਨੂੰ ਲੈ ਕੇ ਜਾਂਦੇ ਹੁਣ ਆਪਾਂ ਲਿਫਟ ਥਰੂ ਉੱਪਰ, ਅਤੇ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੇ ਇੱਕ ਨਵੇਂ ਵਲੋਗ ਦੇ ਵਿੱਚ। ਬਾਬਾ